ਸੋ ਹਾਂ ਜੋ ਤੋਂ ਸਾਸਰੀ ਕਾਲ ਜੀ ਮੈਂ ਰਮਨਦੀਪ ਸੇ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ ਅਤੇ ਸਵਾਗਤ ਕਰਦਾ ਹਾਂ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਬਾਇ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ ਸੁਇਚ ਚੰਦੂ ਤੇ ਪੀਐਸਟੈਟ ਸੀਟੈਟ ਮਾਸਟਰ ਗੀਡਰ ਐਂਟੀਟੀ ਤੇ ਪਟਵਾਰੀ ਦੇ ਐਗਜ਼ਾਮ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਜਾਂਦੀਆਂ ਨੇ ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਅਕੋਰਡਿੰਗ ਅਤੇ ਆਪਣੇ ਕੋਰਸ ਦੇ ਅਕੋਰਡਿੰਗ ਦੇਖ ਸਕਦੇ ਹੋਗੇ ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਪਾਰਟ ਨੰਬਰ 6 ਜਿਹੜਾ ਕਿ ਯੂਨਿਕ ਵਾਲਾ ਪਾਰਟ ਚੱਲ ਰਿਹਾ ਹੈ ਸੋ ਸੁਸਨਾਲਿਟਰ ਪਾਰਟ ਨੰਬਰ 6 ਕਰ ਰਿਹਾ ਜੋ ਕਿ ਤੁਹਾਨੂੰ ਮਾਸਟਰ ਗੀਡਰ ਦੇ ਨਾਲ ਸੰਬੰਧਿਤ ਅਤੇ ਐਂਟੀਟੀ ਪਟਵਾਰੀ ਪੀਐਸਪੀ ਸੈਲ ਪੰਜਾਬ ਪੁਲਿਸ ਸੁਪਰਵਾਈਜ਼ਰ ਅਤੇ ਸਪੈਸ਼ਲੀ ਪੀਐਸਟੈਟ ਐਗਜ਼ਾਮ ਦੇ ਲਈ ਹੈਲਪਫੁਲ ਰਹੂਗਾ ਸੋ ਕਾਫੀ ਇੰਪੋਰਟੈਂਟ ਕੁਐਸਚਨ ਨੇ ਔਰ ਨਾਲ ਹੀ ਉਹਨਾਂ ਦੀ ਜਿਹੜੀ ਐਕਸਪਲੇਨੇਸ਼ਨ ਵੀ ਹੈ ਸੋ ਉਹ ਵੀ ਤੁਸੀਂ ਇਸ ਦੇ ਵਿੱਚ ਦੇਖ ਸਕਦੇ ਹੈਗੇ ਹੋ ਸੋ so, WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਮਿਲਦੀਆਂ ਰਹਿਣਗੀਆਂ ਸੋ ਗਰੁੱਪ ਜਿਹੜਾ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ ਸੋ ਫਰਸਟ ਕੁਐਸਚਨ ਹੈ ਜੀ ਬਰਨੌਟੀ ਉਪਗ੍ਰਹ ਬਾਜੂ ਮੰਡਲ ਦੀ ਕਿਹੜੀ ਪਰਤ ਦੇ ਵਿੱਚ ਸਥਾਪਿਤ ਕੀਤੇ ਜਾਂਦੇ ਨੇ ਸੋ অপਸ਼ਨ 1 ਹੈ ਆਇਨ ਮੰਡਲ অপਸ਼ਨ 2 ਹੈ ਸਮਤਾਪ ਮੰਡਲ অপਸ਼ਨ 3 ਹੈ ਆਸ਼ਾਂਤ ਮੰਡਲ ਅਤੇ অপਸ਼ਨ 4 ਹੈ ਮੱਧਵਰਤੀ ਮੰਡਲ ਸੋ ਬਰਨੌਟੀ ਪਗਰ ਜਿਹੜਾ ਹੈ ਉਹ ਵਾਜ਼ੂ ਮੰਡਲ ਦੀ ਕਿਹੜੀ ਪਰਤ ਦੇ ਵਿੱਚ ਛੱਡੇ ਜਾਂਦੇ ਨੇ ਜਾਂ ਸਥਾਪਿਤ ਕੀਤੇ ਜਾਂਦੇ ਨੇ ਸੋ ਵਾਜ਼ੂ ਮੰਡਲ ਦੀਆਂ ਜਿਹੜੀਆਂ ਕੁਝ ਲੇਅਰਸ ਨੇਗੀਆਂ ਜਿਹਦੇ ਅਕੋਰਡਿੰਗ ਉਸਤੇ ਕਲਾਈਮੇਟ ਨੂੰ ਲੈ ਕੇ ਉਸਤੇ ਜਿਹੜੇ ਹੈ ਐਟਮੋਸਫੀਅਰ ਨੂੰ ਲੈ ਕੇ ਵੱਖ-ਵੱਖ ਤਰੀਕੇ ਨਾਲ ਡਿਵਾਈਡ ਕੀਤਾ ਹੋਇਆ ਹੈ ਅਗਰ ਅਸੀਂ ਗੱਲ ਕਰੀਏ ਬਰਨੌਟੀ ਪਗਰ ਜੋ ਕਿ ਜਿਹੜੇ ਮੈਨ ਮੇਡ ਜਿਹੜੇ ਸੈਟਲਾਈਟਸ ਹੁੰਦੇ ਨੇ ਸੋ ਉਹਨਾਂ ਨੂੰ ਸਥਾਪਿਤ ਕੀਤਾ ਜਾਂਦਾ ਹੈ ਇਹਨਾਂ ਦੇ ਵਿੱਚੋਂ ਆਇਨ ਮੰਡਲ ਦੇ ਵਿੱਚ ਸੋ ਆਇਨ ਮੰਡਲ ਜਾਂ ਆਇਨੋਸਫੀਅਰ ਦੇ ਵਿੱਚ ਹੀ ਇਸ ਨੂੰ ਜਿਹੜਾ ਸਟੈਬਲਿਸ਼ ਕੀਤਾ ਜਾਂਦਾ ਹੈ ਕਿਉਂਕਿ ਆਇਨ ਮੰਡਲ ਜਾਂ ਆਇਨੋਸਫੀਅਰ ਇੱਕ ਅਜਿਹਾ ਮੰਡਲ ਹੈ ਜਿਸ ਦੇ ਵਿੱਚ ਆਇਨ ਹੁੰਦੇ ਨੇਗੇ ਜੋ ਕਿ ਰੇਡੀਓ ਐਕਟਰ ਨੂੰ ਧਰਤੀ ਤੱਕ ਵਾਪਸ ਪਹੁੰਚਾਉਂਦੇ ਨੇ ਜਿੱਥੋਂ ਕਿ ਜਿਹੜੇ ਸਿਗਨਲ ਆਉਂਦੇ ਨੇ ਉਹਨੂੰ ਪਕੜ ਕਰਕੇ ਸੈਟਲਾਈਟ ਦੇ ਥਰੂ ਧਰਤੀ ਦੇ ਉੱਪਰ ਪਹੁੰਚਾਇਆ ਜਾਂਦਾ ਹੈ ਅਤੇ ਉਸਰਾ ਹੀ ਜਿਹੜਾ ਮੈਸੇਜ ਹੈ ਓ ਟੀ ਵੀ ਦੇ ਉੱਪਰ ਬ੍ਰਾਡਕਾਸਟ ਜਾਂ ਫੋਨਟ ਆਹੀ ਜਿਹੜੀ ਰੇਂਜ ਹੁੰਦੀ ਹੈ ਉਸ ਨੂੰ ਪਕਟਾਇਆ ਜਾਂਦਾ ਹੈ ਸੋ ਇਸੇ ਕਾਰਨ ਕਰਕੇ ਬਰਨੌਟੀ ਉਪਗ੍ਰਹ ਜਿਹੜੇ ਨੇ ਉਹ ਬਾਜ਼ੂ ਮੰਡਲ ਦੇ ਆਇਨ ਮੰਡਲ ਜਾਂ ਆਇਨੋਸਫੀਅਰ ਦੇ ਵਿੱਚ ਸਟੈਬਲਿਸ਼ ਕੀਤੇ ਜਾਂਦੇ ਨੇ ਨੈਕਸਟ ਹੈ 2 ਨੰਬਰ ਕੁਐਸਚਨ ਸਮੁੰਦਰ ਦੀ ਡੂੰਘਾਈ ਮਾਪਣ ਵਾਲਾ ਜੰਤਰ ਹੈ অপਸ਼ਨ 1 ਹੈ ਫੋਨੋਮੀਟਰ অপਸ਼ਨ 2 ਹੈ ਅਮੀਨੋਮੀਟਰ অপਸ਼ਨ 3 ਹੈ ਹਾਈਡਰੋਮੀਟਰ ਅਤੇ অপਸ਼ਨ 4 ਹੈ ਫੈਦੋਮੀਟਰ ਸਮੁੰਦਰ ਨੂੰ ਮਾਪਣ ਦੇ ਲਈ ਜਾਂ ਸਮੁੰਦਰ ਦੀ ਡੰਗਾਈ ਨੂੰ ਮਾਪਣ ਦੇ ਲਈ ਜਿਹੜਾ ਜੰਤਰ ਇਸਤੇਮਾਲ ਕੀਤਾ ਜਾਂਦਾ ਹੈ ਉਸ ਜੰਤਰ ਨੂੰ ਕਿਹਾ ਜਾਂਦਾ ਹੈ ਫੈਡੋਮੀਟਰ ਸੋ ਇਸ ਦੇ ਨਾਲ ਜਿਹੜਾ ਸਮੁੰਦਰ ਦੀ ਡੰਗਾਈ ਨੂੰ ਮਾਪਿਆ ਜਾ ਸਕਦਾ ਹੈ ਜਾਂ ਜਾਂਦਾ ਹੈ ਜਿਹਦੇ ਨਾਲ ਅਸੀਂ ਇਹ ਜਾਣ ਪਾਉਨੇ ਹਾਂ ਕਿ ਸਮੁੰਦਰ ਜਿਹੜਾ ਹੈ ਐਕਚੁਅਲ ਦੇ ਵਿੱਚ ਉਹ ਕਿੰਨਾ ਡੂੰਘਾ ਹੈਗਾ ਫੈਡੋਮੀਟਰ ਜਿਹੜਾ ਹੈ ਇਸ ਸਮੁੰਦਰ ਨੂੰ ਮਾਪਣ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਸਮੁੰਦਰ ਦੀ ਡੰਗਾਈ ਦੇ ਮਾਪਕ ਨੂੰ ਫੈਡਮ ਜਿਹੜਾ ਕਿਹਾ ਜਾਂਦਾ ਹੈ ਯਾਨੀ ਕਿ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਕਿ ਸਮੁੰਦਰ ਦੀ ਡੂੰਘਾਈ ਨੂੰ ਮਾਪਕ ਦੇ ਰੂਪ ਦੇ ਵਿੱਚ ਵਰਤਿਆ ਜਾਂਦਾ ਜਿਵੇਂ ਅਸੀਂ ਫੁੱਟਾਂ ਦਾ ਇਸਤੇਮਾਲ ਕਰਦੇ ਹਾਂ ਠੀਕ ਹੈ ਜਾਂ ਮੀਟਰ ਦਾ ਇਸਤੇਮਾਲ ਕਰਦੇ ਹਾਂ ਉਸੇ ਤਰੀਕੇ ਦੇ ਨਾਲ ਸਮੁੰਦਰ ਦੀ ਡੂੰਘਾਈ ਦੇ ਵਿੱਚ ਉਸ ਨੂੰ ਮਾਪਣ ਦੇ ਲਈ ਫੈਦਮ ਦਾ ਇਸਤੇਮਾਲ ਕੀਤਾ ਜਾਂਦਾ ਹੈ ਫੈਦਮ ਵਾਰਡ ਜਿਹੜਾ ਹੈ ਉਹ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਇੱਕ ਫੈਦਮ ਜਿਹੜਾ ਹੈ ਉਹ 6 ਫੁੱਟ ਦੇ ਬਰਾਬਰ ਹੁੰਦਾ ਹੈ ਜਿਸ ਦੇ ਆਧਾਰ ਦੇ ਉੱਪਰ ਜਿਹੜਾ ਅਸੀਂ ਕਿਸੇ ਵੀ ਸਮੁੰਦਰ ਦੀ ਡੂੰਘਾਈ ਨੂੰ ਮਾਪ ਸਕਦੇ ਹੈਗੇ ਆ ਇਸ ਤੋਂ ਲਾਵਾ ਸੋਨਾਰ ਜਿਹੜਾ ਹੈ ਇੱਕ ਅਜਿਹੀ ਵਿਧੀ ਹੈ ਜਿਸ ਦੇ ਨਾਲ ਸਮੁੰਦਰ ਦੇ ਵਿੱਚ ਡੁੱਬੀਆਂ ਹੋਈਆਂ ਵਸਤੂਆਂ ਜਿਹੜੀਆਂ ਨੇ ਉਹਨਾਂ ਦਾ ਪਤਾ ਲਗਾਇਆ ਜਾ ਸਕਦਾ ਹੈ ਸੋ ਵੈਰੀ ਵੈਰੀ ਇੰਪੋਰਟੈਂਟ ਹੈ ਸੋਨਾਰ ਇੱਕ ਅਜਿਹਾ ਮੈਥਡ ਹੈ ਜਿਸ ਦੇ ਨਾਲ ਸਮੁੰਦਰ ਦੇ ਵਿੱਚ ਜੋ ਵੀ ਚੀਜ਼ ਡੁੱਬੀ ਹੋਈ ਹੈ ਉਸ ਦਾ ਆਸਾਨੀ ਦੇ ਨਾਲ ਪਤਾ ਲਗਾਇਆ ਜਾ ਸਕਦਾ ਹੈ ਇਸ ਲਈ ਅਲਟਰਾਸੋਨਿਕ ਤਰੰਗਾਂ ਦਾ ਜਿਹੜਾ ਹੈ ਉਪਯੋਗ ਕੀਤਾ ਜਾਂਦਾ ਹੈ ਜੈਨਕਿ ਜਦੋਂ ਵੀ ਅਸੀਂ ਇਸ ਚੀਜ਼ ਨੂੰ ਜਿਹੜਾ ਪੜ੍ਹਨਾ ਹੈ ਜਾਂ ਕਿਸੇ ਵੀ ਚੀਜ਼ ਨੂੰ ਪੜ੍ਹਨਾ ਹੈ ਤਾਂ ਅਲਟਰਾਸੋਨਿਕ ਜਿਹੜੀਆਂ ਤਰੰਗਾਂ ਹੁੰਦੀਆਂ ਨੇ ਵੇਵਸ ਹੁੰਦੇ ਨੇ ਉਹਨਾਂ ਦਾ ਇਸਤੇਮਾਲ ਕੀਤਾ ਹੁੰਦਾ ਹੈ ਜਿਸ ਨੂੰ ਮਨੁੱਖ ਸੁਣ ਨਹੀਂ ਸਕਦਾ ਮਨੁੱਖ ਦੇ ਵੱਸ ਦੇ ਜਿਹੜਾ ਕੈਸਾ ਦੇ ਆ ਭੈ ਨਹੀਂ ਹੁੰਦਾ ਹੈ ਇਸ ਤੋਂ ਇਲਾਵਾ ਇਹਨਾਂ ਤਰੰਗਾਂ ਨੂੰ ਜੈਨਕਿ ਅਲਟਰਾਸੋਨਿਕ ਹੁੰਦੀਆਂ ਹੈਗੀਆਂ ਨੇ ਇਹਨਾਂ ਨੂੰ ਕੁੱਤਾ ਹੋ ਗਿਆ ਬਿੱਲੀ ਚਮਗਿੱਦੜ ਚੀੜੀ ਡੋਲਫਿਨ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਜਾਂ ਜਾਨਵਰ ਨੇ ਇਹ ਸਾਰੇ ਦੇ ਸਾਰੇ ਅਲਟਰਾਸੋਨਿਕ ਤਰੰਗਾਂ ਨੂੰ ਸੰਸ਼ੋਸ਼ਕਦੇ ਨਹੀਂ ਬਟ ਮਨੁੱਖ ਜਿਹੜਾ ਹੈ ਉਹ ਨਹੀਂ ਸੁਣ ਸਕਦਾ ਇਸ ਤੋਂ ਇਲਾਵਾ ਜਿਹੜਾ ਚਮਕਿੱਦੜ ਹੈ ਉਹ ਉੜਦੇ ਸਮੇਂ ਖੁਦ ਇਹ ਤਰੰਗਾਂ ਜਿਹੜੀਆਂ ਪੈਦਾ ਕਰਦੇ ਨੇ ਜਿਸ ਨੂੰ ਅਲਟਰਾਸੋਨਿਕ ਜਿਹੜੀਆਂ ਵੇਵਜ਼ ਕਹੇ ਜਾਂਦਾ ਹੈ ਸ ਇਹ ਚਮਕਿੱਦੜ ਦੇ ਦੁਆਰਾ ਪੈਦਾ ਕੀਤੀਆਂ ਨੇ ਜਦੋਂ ਉਹ ਉੜਦਾ ਹੈ ਅਤੇ ਇਸ ਦੀ ਮਦਦ ਦੇ ਨਾਲ ਹੀ ਜਿਹੜਾ ਉਹ ਆਪਣਾ ਰਸਤੇ ਨੂੰ ਫਾਈਂਡ ਕਰਦਾ ਹੈ ਨੈਕਸਟ ਹੈ ਭਾਰਤੀ ਨਾਗਰੇਕ ਨੂੰ ਸੰਵਿਧਾਨ ਦੇ ਕਿਹੜੇ ਅਨੁਛੇਦ ਦੇ ਅਧੀਨ ਰਾਸ਼ਟਰੀ ਝੰਡਾ ਲਹਿਰਾਉਣ ਦਾ ਅਧਿਕਾਰ ਹੈ অপਸ਼ਨ 1 ਹੈ 191a অপশন 2 ਹੈ 21 ਨੰਬਰ ਅਨੁਛੇਦ ਅਤੇ অপশন 3 ਹੈ 17 ਨੰਬਰ ਅਨੁਛੇਦ ਅਤੇ অপশন 4 ਹੈ 25 ਨੰਬਰ ਅਨੁਛੇਦ ਤਾਂ ਭਾਰਤੀ ਨਾਗਰਿਕਾਂ ਨੂੰ ਸੰਵਿਧਾਨ ਦੇ ਅਨੁਛੇਦ 19 1 ਭਾਗ 1 ਦੇ ਵਿੱਚ ਜਿਹੜਾ ਹੈ ਰਾਸ਼ਟਰੀ ਝੰਡਾ ਜਿਹੜਾ ਹੈ ਨੈਸ਼ਨਲ 플ੈਗ ਜਿਹੜਾ ਹੈ ਉਸ ਨੂੰ ਲਹਿਰਾਉਣ ਦੀ ਜਿਹੜੀ ਹੈ ਅਧਿਕਾਰ ਹੈ ਉਹ ਦਿੱਤਾ ਗਿਆ ਹੈ। ਕੁਛ ਆਰਟੀਕਲ ਨੇ ਜੋ 19 ਇੱਕ ਦੇ ਨਾਲ ਹੀ ਸਬੰਧਤ ਨੇ ਸੋ 19 1 ਭਾਗ ਕਕੇ ਵਾਲਾ ਜਿਹੜਾ ਹੈ ਇਹ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦੇ ਨਾਲ ਸਹਿਮਤ ਹੈ ਆਜ਼ਾਦੀ ਦਿੰਦਾ ਹੈ ਅਤੇ ਪ੍ਰੈਸ ਦੀ ਆਜ਼ਾਦੀ ਨੂੰ ਪੇਸ਼ ਕਰਦਾ ਹੈ ਸੂਚਨਾ ਦੀ ਆਜ਼ਾਦੀ ਅਤੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਜਿਹੜੀ ਆਜ਼ਾਦੀ ਹੈ ਉਹ ਅਨੁਸ਼ੇਦ 1 ਅਤੇ ਭਾਗ ਕਕੇ ਦੇ ਵਿੱਚ ਸ਼ਾਮਲ ਹੈ ਦੂਸਰਾ ਹੈ ਅਨੁਸ਼ੇਦ 19 1 ਭਾਗ ਖਖਾ ਇਹ ਸ਼ਾਂਤੀਪੂਰਨ ਸੰਮੇਲਨ ਕਰਨ ਦੀ ਆਜ਼ਾਦੀ ਦੇ ਨਾਲ ਸੰਬੰਧਿਤ ਅਨੁਸ਼ੇਦ ਹੈ ਓਕੇ ਸੋ ਅਗਰ ਇਸ ਨੂੰ ਇੰਗਲਿਸ਼ ਦੇ ਵਿੱਚ ਅਪ ਐਡ ਕਰੀਏ ਤਾਂ ABC ਬਣ ਜਾਊਗਾ ਤੁਸੀਂ ਉਸ ਤਰੀਕੇ ਨਾਲ ਜਿਹੜਾ ਇਸ ਨੂੰ ਮੋਡੀਫਾਈ ਕਰ ਸਕਦੇ ਹੋ ਓਕੇ ਅਨ 19 ਅਨੁਸ਼ੇਦ 19 ਇੱਕ ਭਾਗ ਸੀ ਜਾਂ ਗਗਾ ਪੰਜਾਬੀ ਦੇ ਵਿੱਚ ਇਸ ਦੇ ਅਧੀਨ ਭਾਰਤੀਆਂ ਨੂੰ ਸੰਘ ਬਣਾਉਣ ਦੀ ਆਜ਼ਾਦੀ ਹੈ ਸੋ ਉਹ ਕਿਸੇ ਵੀ ਤਰ੍ਹਾਂ ਦਾ ਜਿਹੜਾ ਸੰਘ ਹੈ ਉਹ ਬਣਾ ਸਕਦੇ ਹੈਗੇ ਆ ਅਗਲਾ ਹੈ ਅਨੁਸ਼ੇਦ 19 1 ਭਾਗ ਕ ਕਸੂਏ ਸਤੇ ਵਿੱਚ ਭਾਰਤ ਦੇ ਵਿੱਚ ਸੁਤੰਤਰਤਾ ਪੂਰਵਕ ਘੁੰਮਣ ਦੀ ਆਜ਼ਾਦੀ ਹੈ। ਸੋ ਭਾਰਤ ਦਾ ਕੋਈ ਵੀ ਨਾਗਰਿਕ ਜਿਹੜਾ ਹੈ ਉਹ ਕਿਸੇ ਵੀ ਖੇਤਰ ਦੇ ਵਿੱਚ ਘੁੰਮ ਸਕਦਾ ਹੈ। ਅਗਲਾ ਹੈ ਅਨਛੇਦ 1 ਭਾਗ ਫਫਾ ਜੰਮੂ ਕਸ਼ਮੀਰ ਨੂੰ ਛੱਡ ਕੇ ਭਾਰਤ ਦੇ ਬਾਕੀ ਰਾਜਾਂ ਦੇ ਵਿੱਚ ਨਿਵਾਸ ਨਿਵਾਸ ਕਰਨ ਅਤੇ ਵਸਣ ਦੀ ਜਿਹੜੀ ਆਜ਼ਾਦੀ ਹੈ ਕਿਉਂਕਿ ਜੰਮੂ ਕਸ਼ਮੀਰ ਜਿਹੜਾ ਹੈ ਉਸ ਦਾ ਸੰਵਿਧਾਨ ਵੱਖਰਾ ਸੀ ਜਿਸ ਦੇ ਇਸ ਕਾਰਨ ਕਰਕੇ ਜਿਹੜਾ ਹੈ ਇਸ ਦੇ ਵਿੱਚ ਇਸ ਨੂੰ ਵਸਣ ਦੀ ਆਜ਼ਾਦੀ ਨਹੀਂ ਦਿੱਤੀ ਗਈ ਸੀ ਜਾਂ ਨਿਵਾਸ ਕਰਨ ਦੀ ਆਜ਼ਾਦੀ ਨਹੀਂ ਦਿੱਤੀ ਗਈ ਸੀਗੀ। ਓਕੇ ਬਟ ਧਿਆਨ ਰੱਖਣਾ ਕਿ 104 ਨੰਬਰ ਸੋਧ ਦੇ ਰਾਹੀਂ ਜਿਹੜਾ ਹੈ ਜੰਮੂ ਕਸ਼ਮੀਰ ਦਾ ਵਿਸ਼ੇਸ਼ ਰਾਜ ਦਾ ਦਰਜਾ ਜਿਹੜਾ ਉਹ ਖਤਮ ਕਰ ਦਿੱਤਾ ਗਿਆ ਸੀਗਾ ਜਿਹਦੇ ਅਧੀਨ ਜਿਹੜਾ ਹੈ ਹੁਣ ਜੰਮੂ ਕਸ਼ਮੀਰ ਭਾਰਤ ਦਾ ਹਿੱਸਾ ਹੈ ਜੋ ਕਿ ਯੂਨੀਅਨ ਟੈਰੀਟਰੀ ਦੇ ਰੂਪ ਦੇ ਵਿੱਚ ਵਿਕਸਿਤ ਹੋਇਆ ਹੈ ਜੋ ਕਿ ਦੋ ਯੂਨੀਅਨ ਟੈਰੀਟਰੀ ਨੇ ਇਕ ਲਦਾਖ ਅਤੇ ਦੂਸਰੀ ਜੰਮੂ ਕਸ਼ਮੀਰ ਠੀਕ ਹੈ ਸੋ ਹੁਣ ਅਸੀਂ ਇੱਥੇ ਰਹਿ ਵੀ ਸਕਦੇ ਹਾਂ ਵਸ ਵੀ ਸਕਦੇ ਹਾਂ ਅਤੇ ਕੋਈ ਵੀ ਜ਼ਮੀਨ ਖਰੀਦ ਵੀ ਸਕਦੇ ਹਾਂ ਓਕੇ ਨੈਕਸਟ ਹੈ ਅਨੁਸ਼ੇਦ 19 1 ਪਾਕ ਚਚਾ ਸੋ ਕੋਈ ਵੀ ਵਪਾਰ ਅਤੇ ਕੰਮ ਕਰਨ ਦੀ ਜਿਹੜੀ ਆਜ਼ਾਦੀ ਹੈ ਸੋ ਉਹ ਚਚੇ ਪਾਕ ਦੇ ਵਿੱਚ ਹੈ ਸੋ ਇਹ ਹੀ ਕੁਝ 19 1 ਦੇ ਨਾਲ ਸੰਬੰਧ ਜਿਹੜੀ ਅਨੁਸ਼ੇਦ ਨੇ ਉਹਦੇ ਬਾਰੇ ਜਾਣਕਾਰੀ ਸੀ ਨੈਕਸਟ ਹੈ ਚਰਨਜਨ ਨੰਬਰ ਕੁਐਸਚਨ ਤਿਰੰਗੇ ਦੀ ਲੰਬਾਈ ਅਤੇ ਚੌੜਾਈ ਦਾ ਅਨੁਪਾਤ ਹੈ ਆਪਸ਼ਨ 1 ਹੈ 3 ਅਨੁਪਾਤ 4 ਆਪਸ਼ਨ 2 ਹੈ 2 ਅਨੁਪਾਤ 4 ਆਪਸ਼ਨ 3 ਹੈ 2 ਅਨੁਪਾਤ 3 ਅਤੇ ਆਪਸ਼ਨ 4 ਹੈ 3 ਅਨੁਪਾਤ 2 तिरंगा जो सा भारती नैशनल फ्लैंग है सो so, इसकी जीड़ी लंबाई है वह तीन फुट की है चौड़ाई जी है दो फुट की है so, सो इस आधार के उपर ही इसका जो अनुपात है वह तीन अनुपात दो बनता है नैक्सट है पचवंजा नंबर नगर निगम संस्था औरतों के लिए राखवंकरण है आप्न एक है एक बटा तीन आप्शन दो है दो बटा तीन आप्शन तीन है एक बटा चार्शन चार है एक बटा पाँच ਨਗਰ ਨਿਗਮ ਮਨਿਸਪਾਲ ਜਿਹੜਾ ਸਿਸਟਮ ਹੈ ਸੋ ਇਸ ਦੇ ਵਿੱਚ ਔਰਤਾਂ ਦੇ ਲਈ ਜਿਹੜਾ ਰਾਖਵਾਕਰਨ ਹੈ ਉਹ ਕਿੰਨਾ ਹੈ ਰਾਈਟ ਆਨਸਰਸ ਦਾ ਹੈ ਏ ਆਪਸ਼ਨ ਸੋ 1/3 ਜਿਹੜਾ ਹੈ ਰਾਖਵਾਕਰਨ ਇਸ ਦੇ ਵਿੱਚ ਕੀਤਾ ਗਿਆ ਹੈ ਧਿਆਨ ਰੱਖਣਾ ਕਿ ಗ್ರಾಮ ਪੰਚਾਇਤਾਂ ਬਲਾਕ ਸਮಿತಿ ਨਗਰ ਪੰਚਾਇਤਾਂ ਨਗਰਪਾਲਿਕਾਵਾਂ ਵਿੱਚ ਔਰਤਾਂ ਦੇ ਲਈ 33% ਰਾਖਵਾਕਰਨ ਜਿਹੜਾ ਹੈ ਉਹ ਹੁੰਦਾ ਹੈ ਠੀਕ ਹੈ ಗ್ರಾಮ ਪੰਚਾਇਤ ਬਲਾਕ ਸਮಿತಿ ਨਗਰ ਪੰਚਾਇਤ ਤੇ ਨਗਰਪਾਲਿਕਾਾਂ ਦੇ ਵਿੱਚ ਪੰਚਾਇਤੀ ਵਿਵਸਥਾ ਦੇ ਵਿੱਚ ਬਿਹਾਰ ਦੇ ਵਿੱਚ ਸਭ ਤੋਂ ਪਹਿਲਾਂ ਅਤੇ ਉੱਤਰਾਖੰਡ ਅਤੇ ਮੱਧ ਪ੍ਰਦੇਸ਼ ਦੇ ਵਿੱਚ ਔਰਤਾਂ ਦੇ ਲਈ 30% ਰਾਖਵਾਕਰਨ ਕੀਤਾ ਸੀ ਓਕੇ ಗ್ರಾಮ ਪੰਚਾਇਤਾਂ ਦੇ ਲਈ ਵੈਸੇ 33% ਹੈ ਬਟ ਇਹਨਾਂ ਦੇ ਵਿੱਚੋਂ ਬਿਹਾਰ ਦੇ ਵਿੱਚ ਸਭ ਤੋਂ ਪਹਿਲਾਂ 50% ਰਾਖਵਾਕਰਨ ਔਰਤਾਂ ਦੇ ਲਈ ਸੀਗਾ ਅਤੇ ਬਾਅਦ ਦੇ ਵਿੱਚ ਉੱਤਰਾਖੰਡ ਤੇ ਮੱਧ ਪ੍ਰਦੇਸ਼ ਦੇ ਵਿੱਚ ਵੀ ਇਸੇ ਵਿਵਸਥਾ ਨੂੰ ਲਾਗੂ ਕੀਤਾ ਗਿਆ ਸੀ ਮੈਕਸਥਨੀ ਜਨਾਨੀ ਰਾਜਦੂਸੀ ਜਿਹੜਾ ਉਹ ਤੀਜੀ ਸਦੀ ਈਸਵੀ ਪੂਰਵ ਦੇ ਵਿੱਚ ਭਾਰਤ ਦੇ ਵਿੱਚ ਆਇਆ ਸੀ ਅਤੇ ਉਸ ਨੇ ਭਾਰਤ ਦੇ ਵਿੱਚ ਨਗਰਾਂ ਦਾ ਉਲੇਖ ਕੀਤਾ ਸੀ ਆਪਣੀ ਪੁਸਤਕ ਇੰਡਿਕਾ ਦੇ ਵਿੱਚ ਸੋ ਉਸਨੇ ਭਾਰਤੀ ਸਮਾਜ ਨੂੰ ਉਸ ਸਮੇਂ ਦੇ ਸੱਤ ਵਰਗਾਂ ਦੇ ਵਿੱਚ ਵੰਡਿਆ ਹੋਇਆ ਸ਼ੋਕ ਕੀਤਾ ਸੀ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ 1687 ਦੇ ਵਿੱਚ ਮਦਰਾਸ ਵਿਖੇ ਨਗਰ ਨਿਗਮ ਦੀ ਵਿਵਸਥਾ ਕੀਤੀ ਗਈ ਸੀ ਜੋ ਕਿ ਅਗਰ ਪੁਰਾਣੇ ਪੰਜਾਬ ਪਰ ਪੁਰਾਣੇ ਭਾਰਤ ਦੀ ਗੱਲ ਕਰੀਏ ਓਕੇ 73ਵੀਂ ਸੰਵਿਧਾਨਿਕ ਸੋਧ 1992 ਦੇ ਵਿੱਚ ਜਿਹੜੀ ਕਿ 1993 ਦੇ ਵਿੱਚ ਲਾਗੂ ਹੋਈ ਸੀ ਰਾਹੀ ਨਗਰਾਂ ਦੇ ਵਿੱਚ ਸਥਾਨਿਕ ਸੰਸਥਾ ਸਥਾਨਿਕ ਸ਼ਾਸਨ ਸੰਸਥਾਵਾਂ ਦੀ ਜਿਹੜੀ ਸਥਾਪਨਾ ਕੀਤੀ ਗਈ ਸੀ ਜੋ ਕਿ ਲੋਕਲ ਗਵਰਨਮੈਂਟ ਦੇ ਅਧੀਨ ਆਉਂਦਾ ਹੈ ਅਤੇ ਇਹਨਾਂ ਦੇ ਅਧੀਨ ਹੀ ਮਨਿਸਪਾਲਟੀ ਜਿਹੜੀ ਹੈ ਉਹਨਾਂ ਦੀ ਵਿਵਸਥਾ ਕੀਤੀ ਸੀ ਔਰ ਇਹਨਾਂ ਦਾ ਇਹਨਾਂ ਦਾ ਸੰਵਿਧਾਨ ਦੀ 12ਵੀਂ ਅਨੁਸੂਚੀ ਦੇ ਵਿੱਚ ਜਿਹੜਾ ਜ਼ਿਕਰ ਕੀਤਾ ਗਿਆ ਹੈ ਜੋ ਕਿ ਮਨਿਸਪਾਲਟੀ ਦੇ ਨਾਲ ਸੰਬੰਧਤ ਹੈਗਾਗਾ ਓਕੇ ਨੈਕਸਟ ਹੈ छपंजा नंबर टाइफून चक्रवात कहे महासागर के आता है आप्शन एक है प्रशांत महासागर आप्शन दो है अटलांटिक महासागर आप्शन तीन है हिंद महासागर और आप्शन चार है अपरोक्त सारे सो तो टाइफून जोड़ा है चक्रवात सैक्लोन जोड़ा है इन्हों नाम वक्रे वक्र है ने, बट टाइफून चक्रवात जो है उन्होंने प्रशांत महासागर के आता है पैसेफिक महासागर के पैसेफिक्शन नैक्सट है सतवंजा नंबर स्वेज नहर की लंबाई कि है ऑप्शन दो सौ भी किलोमीटर ऑप्शन दो है एक सौ अठाठ किलोमीटर ऑप्शन तीन है एक सौ पाँह किलोमीटर ऑप्शन चार है 760 सौ सठ किलोमीटर स्वेज नहर काफ़ी प्रचलित है काफ़ी बड़ी नहर जारी मनी जाती है ये नहर जी है संसार की सब तो प्रसिद्ध नहर के है जिसकी लंबाई है एक सौ किलोमीटर ਸੋ ਸuez ਨਹਿਰ ਜਿਹੜੀ ਹੈ ਇਸ ਦਾ ਨਿਰਮਾਣ ਕਰ ਜਿਹੜਾ ਹੈ ਉਹ 25 April 1859 ਦੇ ਵਿੱਚ ਸ਼ੁਰੂ ਹੋਇਆ ਸੀਗਾ ਅਤੇ November 1869 ਦੇ ਵਿੱਚ ਇਸ ਨੂੰ ਤਿਆਰ ਕਰ ਲਿਆ ਗਿਆ ਸੀ ਜਾਨਕਿ ਮੋਸਟਲੀ 10 ਸਾਲ ਇਸ ਨੂੰ ਕੰਪਲੀਟ ਕਰਨ ਦੇ ਉੱਪਰ ਲੱਗੇ ਸੀਗੇ ਅਤੇ ਇਹ ਨਹਿਰ ਜਿਹੜੀ ਹੈ ਭੂਮਾਦਰ ਮਾਰਗ ਭੂਮਾਦ ਸਾਗਰ ਅਤੇ ਲਾਲ ਸਾਗਰ ਨੂੰ ਆਪਸ ਦੇ ਵਿੱਚ ਜੋੜਦੀ ਹੈ ਮੈਡੀਟੇਨ ਸੀ ਅਤੇ ਰੈਡ ਸੀ ਨੂੰ ਜਿਹੜਾ ਹੈ ਆਪਸ ਦੇ ਵਿੱਚ ਜੋੜਦੀ ਹੈਗੀ ਹੈਗੀ ਇਸ ਤੋਂ ਇਲਾਵਾ ਇਸ ਦੇ ਨਾਲ ਹੀ ਯੂਰਪ ਅਤੇ ਏਸ਼ੀਆ ਦੇ ਵਿਚਕਾਰ ਸਿੱਧਾ ਸਬੰਧ ਸਥਾਪਿਤ ਹੋ ਗਿਆ ਸੀ ਨਹੀਂ ਉਹਨਾਂ ਨੂੰ ਪੂਰਾ ਜਿਹੜਾ ਹੈ ਅਫਰੀਕਾ ਦਾ ਚੱਕਰ ਲਗਾਉਣਾ ਪੈਂਦਾ ਸੀਗਾ ਓਕੇ ਇਸ ਤੋਂ ਇਲਾਵਾ ਸੈਡਪੋਰਟ ਜਿਹੜੀ ਹੈ ਉਹ ਵੀ ਇਸੇ ਨਹਿਰ ਦੇ ਉੱਪਰ ਹੀ ਬਣੀ ਹੋਈ ਹੈਗੀ ਹੈਗੀ ਐਂਡ ਇਹ ਨਹਿਰ ਜਿਹੜੀ ਹੈ ਅਫਰੀਕਾ ਤੇ ਏਸ਼ੀਆ ਮਹਾਦੀਪ ਨੂੰ ਵੱਖ ਕਰਦੀ ਹੈਗੀ ਅਫਰੀਕਾ ਅਤੇ ਏਸ਼ੀਆ ਦੋਨਾਂ ਨੂੰ ਆਪਸ ਦੇ ਵਿੱਚੋਂ ਅਲੱਗ ਕਰਦੀ ਹੈ ਨੈਕਸਟ 68ਵਾਂ ਨੰਬਰ ਨੇਪਾਲ ਦੇ ਵਿੱਚ ਮਾਉਂਟ ਐਵਰੇਸਟ ਨੂੰ ਕੀ ਕਿਹਾ ਜਾਂਦਾ ਹੈ অপਸ਼ਨ 1 ਹੈ ਮਾਉਂਟ ਐਵਰੇਸਟ অপਸ਼ਨ 2 ਹੈ ਕੰਗੋਲੋ ਲਗਾਮਾ অপਸ਼ਨ 3 ਹੈ ਸਾਗਰਮਾਥਾ ਅਤੇ অপਸ਼ਨ 4 ਹੈ ਪਗਾਸ ਨੇਪਾਲ ਦੇ ਵਿੱਚ ਮਾਉਂਟ ਐਵਰੇਸਟ ਜਿਹੜੀ ਹੈ ਜਿਹੜੀ ਕਿ ਸੰਸਾਰ ਦੇ ਵਿੱਚ ਸਭ ਤੋਂ ਉੱਚੀ ਚੋਟੀ ਦੇ ਨਾਮ ਨਾਲ ਜਾਣੀ ਜਾਂਦੀ ਹੈ ਸੋ ਇਸ ਨੂੰ ਨੇਪਾਲ ਦੇ ਵਿੱਚ ਸਾਗਰਮਾਥਾ ਕਿਹਾ ਜਾਂਦਾ ਹੈ ਤੇ ਭਾਰਤ ਦੇ ਵਿੱਚ ਜਾਂ ਸੰਸਾਰ ਦੇ ਵਿੱਚ ਇਸ ਨੂੰ ਮਾਉਂਟ ਐਵਰੇਸਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ माउंट एवरेस्ट ਜਿਹੜੀ ਹੈ 8848 ਮੀਟਰ ਉੱਚੀ ਹੈ ਜੋ ਕਿ ਸੰਸਾਰ ਦੀ ਸਭ ਤੋਂ ਉੱਚੀ ਚੋਟੀ ਮੰਨੀ ਜਾਂਦੀ ਹੈਗੀ ਅਤੇ ਇਸ ਤੇ ਸਭ ਤੋਂ ਪਹਿਲਾਂ ਈ ਹੈਲਰੀ ਜੋ ਕਿ ਨਿਊਜ਼ੀਲੈਂਡ ਦਾ ਨਿਵਾਸੀ ਸੀ ਉਹ ਆਪਣੇ ਸਾਥੀ ਟੈਨ징 ਦੇ ਟੈਨ징 ਨੋਰਿੰਗੀ ਦੇ ਨਾਲ ਇਸ ਦੇ ਉੱਪਰ ਪਹੁੰਚਿਆ ਸੀ ਜਿਸ ਨੇ ਸਭ ਤੋਂ ਸਿਖਰ ਦੇ ਉੱਪਰ ਪਹੁੰਚਿਆ ਸੀ ਦੇ ਇਸ ਤੋਂ ਇਲਾਵਾ ਅਵਤਾਰ ਸਿੰਘ ਚੀਮਾ ਸੀ ਇਸ ਦੇ ਉੱਪਰ ਚੜਨ ਵਾਲਾ ਪਹਿਲਾ ਭਾਰਤੀ ਜਿਸ ਨੇ ਕਿ ਸਭ ਤੋਂ ਪਹਿਲਾਂ ਮਾਉਂਟ ਐਵਰੇਸਟ ਦੇ ਉੱਪਰ ਸਫਰ ਕੀਤਾ ਸੀ पहली भारतीय औरत तो जिसनेाउं एवरस्टर उचाई चढ़े थ उसका नाम से महिला बछिंदरी पाल तो पूरा नाम पाल है सो यह पहली और भारत जबरस्ट उपर चली गई है उन्नाट नंबर अलिनो जलधारा के महासागर तो वगदिया आप्सन एक है प्रशांत महासागर आप्सन दो है हिंद महासागर आप्शन तीन है आंध महासागर अप्शन चार है अरब सागर अलिनो जलधारा जी है ਕਰੰਟ ਜਿਹੜੀ ਹੈ ਇਹ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਚਲਦੀ ਹੈਗੀ ਹੈ ਪੈਸੀਫਿਕ ਓਸ਼ਨ ਦੇ ਵਿੱਚ ਚਲਦੀ ਹੈਗੀ ਹੈਗੀ ਸੋ ਅਲੀਨੋ ਜਾਂ ਲਾਲੀਨੋ ਗਰਮ ਜਲਦਾ ਰਹੇਗੀ ਹੈਗੀ ਸੋ ਵਾਰਮ ਜਿਹੜੀ ਕਰੰਟ ਹੁੰਦੀ ਹੈ ਜੋ ਕਿ ਪ੍ਰਸ਼ਾਂਤ ਮਹਾਸਾਗਰ ਦੀ ਧਾਰਾ ਦੇ ਵਿੱਚ ਆਉਂਦੀ ਹੈ ਜੋ ਕਿ ਪੇਰੂ ਤੋਂ ਬੰਗਾਲ ਤੱਕ ਦੀ ਬੰਗਾਲ ਦੀ ਖਾੜੀ ਤੱਕ ਦਾ ਸਫ਼ਰ ਤੈਅ ਕਰਦੀ ਹੈ ਜੋ ਕਿ ਭਾਰਤ ਦੇ ਉੱਪਰ ਖਾਸ ਤੌਰ ਦੇ ਉੱਪਰ ਇਫੈਕਟ ਪਾਉਂਦੀ ਹੈ ਜਿਹਦੇ ਕਾਰਨ ਕਰਕੇ ਭਾਰਤ ਦੇ ਵਿੱਚ ਸੋਕਾ ਪੈਦਾ ਹੁੰਦਾ ਹੈ ਗਰਮੀਬਾਦੀ ਹੈ ਅਤੇ ਵਰਖਾ ਦੇ ਵਿੱਚ ਕਮੀ ਆਉਂਦੀ ਹੈ ਪੋਰੀਸਟਾਰਾ ਨੂੰ ਜਿਹੜਾ ਹੈ 크리스마ਸ ਦੇ ਬੱਚੇ ਦੇ ਤਾਰਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਨੈਕਸਟ ਹੈ 6 ਨੰਬਰ ਦਰਖਤਾਂ ਦੀ ਉਮਰ ਦਾ ਪਤਾ ਕੀਤਾ ਜਾ ਸਕਦਾ ਹੈ। ਆਪਸ਼ਨ 1 ਹੈ ਸਾਲਾਨਾ ਚੱਕਰਾਂ ਦੀ ਸੰਖਿਆ ਤੋਂ, ਆਪਸ਼ਨ 2 ਹੈ ਟਾਹਣੀਆਂ ਤੋਂ, ਆਪਸ਼ਨ 3 ਹੈ ਜੜਾਂ ਦੀ ਲੰਬਾਈ ਤੋਂ ਅਤੇ ਆਪਸ਼ਨ 4 ਹੈ ਉਚਾਈ ਤੋਂ। ਦਰਖਤਾਂ ਦੀ ਉਮਰ ਪਤਾ ਕਰਨੀ ਹੋਵੇ ਤਾਂ ਇਸ ਲਈ ਸਾਲਾਨਾ ਚੱਕਰਾਂ ਦੀ ਜਿਹੜੀ ਸੰਖਿਆ ਹੈ ਉਸ ਤੋਂ ਪਤਾ ਕੀਤਾ ਜਾ ਸਕਦਾ ਹੈ ਕਿ ਦਰਖਤ ਦੀ ਜਿਹੜੀ ਹੈ ਉਮਰ ਉਹ ਕਿੰਨੀ ਹੈਗੀ ਹੈਗੀ। ਓਕੇ। ਅਰਿਸਟੋਲਾਬ ਅਗਰ ਇਸ ਗੱਲ ਕਰਕੇ ਕਿ ਪਸ਼ੂਆਂ ਦੀ ਉਮਰ ਦਾ ਪਤਾ ਕਰਨਾ ਹੋਵੇ ਤਾਂ ਉਸਦੇ ਸਿੰਗਾ ਦੇ ਉੱਪਰ ਜੋ ਚੱਕਰ ਬਣੇ ਹੁੰਦੇ ਹੈਗੇ ਨੇ ਉਸ ਤੋਂ ਪਤਾ ਲਗਾਇਆ ਜਾ ਸਕਦਾ ਹੈ ਕਿ ਇੱਕ ਪਸ਼ੂ ਦੀ ਜਿਹੜੀ ਉਮਰ ਹੈ ਉਹ ਕਿੰਨੀ ਹੈਗੀ ਹੈ। ਓਕੇ ਸੋ ਇਸੇ ਅਜਿਹੇ ਸਾਡੇ MCQ ਜੋ ਕਿ ਕਾਫੀ ਇੰਪੋਰਟੈਂਟ ਰਹਿਣਗੇ ਤੁਹਾਡੇ ਲਈ ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਮਿਲਣਗੀਆਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰ Thank you so much.